ਸੇਵਾ ਇੱਕ ਅਜਿਹਾ ਸ਼ਬਦ ਜਿਸ ਨੂੰ ਸੁਣ ਇੱਕ ਨਿਸ਼ਕਾਮ ਭਾਵਨਾ ਸਾਹਮਣੇ ਆ ਜਾਂਦੀ ਹੈ। ਸੇਵਾ ਕਰਨ ਸਮੇਂ ਇਨਸਾਨ ਨਾ ਜਾਤ ਦੇਖੇ ਨਾ ਦੇਖੇ ਧਰਮ, ਬਸ ਉਹ ਇਸ ਨੂੰ ਆਪਣੀ ਸ਼ਰਧਾ ਭਾਵਨਾਵਾਂ ਨਾਲ ਕਰਦਾ। ਜਿਵੇਂ ਜਿਵੇਂ ਲੋਕਾਂ ਤੇ ਮੁਸੀਬਤ ਆਉਂਦੀ ਹੈ, ਤਿਵੇਂ ਤਿਵੇਂ ਲੋਕ ਉੱਥੇ ਸੇਵਾ ਕਰਨ ਲਈ ਪਹੁੰਚ ਜਾਂਦੇ ਨੇ। ਚਾਹੇ ਉਹ ਹੜ੍ਹ ਦੀ ਸਥਿਤੀ ਹੋਵੇ, ਚਾਹੇ ਭੂਚਾਲ ਦੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ। ਬੇਸ਼ੱਕ ਕਲਯੁਗ ਦਾ ਦੌਰ ਹੈ, ਪਰ ਇਸ ਕਲਯੁਗ ਦੀ ਦੁਨੀਆ 'ਚ ਸ਼ਰਧਾ ਭਾਵਨਾਵਾਂ ਵਾਲੇ ਲੋਕ ਅੱਜ ਵੀ ਮੌਜੂਦ ਨੇ। ਸੇਵਾ ਦਾ ਕੋਈ ਮੁੱਲ ਨਹੀਂ ਹੁੰਦਾ, ਜੋ ਕਿ ਵਾਕਿਆ ਹੀ ਸੱਚ ਹੈ। ਜਦੋਂ ਵੀ ਕਿਸੇ ਤੇ ਮੁਸੀਬਤ ਪੈਂਦੀ ਹੈ ਤਾਂ ਪੰਜਾਬੀ ਆਪਣੀ ਪਰਵਾਹ ਕੀਤੇ ਬਿਨਾਂ ਮਦਦ ਕਰਨ ਲਈ ਪਹੁੰਚ ਜਾਂਦੇ ਨੇ। ਪੰਜਾਬ 'ਚ ਆਏ ਹੜ੍ਹ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ, ਜਿਸ ਕਰਕੇ ਲੋਕ ਬੇਘਰ ਹੋ ਗਏ। ਪਰ ਇਹਨਾਂ ਪੀੜਤ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝ ਇਹਨਾਂ ਦੀ ਮਦਦ ਕਰਨ ਲਈ ਸਿੱਖ ਮੁਸਲਿਮ ਹਰ ਇੱਕ ਪਹੁੰਚਿਆ, ਤੇ ਜਿਵੇਂ ਦੀ ਸੇਵਾ ਉਹਨਾਂ ਕੋਲ ਹੋਈ ਉਹਨਾਂ ਨੇ ਕੀਤੀ। ਕਿਤੇ ਲੰਗਰ ਚਲਾਇਆ, ਕਿਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ। ਸਾਡੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਇੱਥੇ ਵਸਦੇ ਹਰ ਇੱਕ ਪੰਜਾਬੀ 'ਚ ਸੇਵਾ ਕਰਨ ਦੀ ਭਾਵਨਾ ਹੈ। ਜਿੱਥੇ ਜਿੱਥੇ ਕਿਤੇ ਮੁਸੀਬਤ ਪਈ ਤਾਂ ਪੰਜਾਬੀ ਉਹਨਾਂ ਦੀ ਹਰ ਸਹਾਇਤਾ ਕਰਨ ਲਈ ਅੱਗੇ ਆਏ। ਹੁਣ ਹੜ੍ਹ ਦੀ ਮਾਰ ਝੱਲਣ ਵਾਲੇ ਲੋਕਾਂ ਲਈ ਸਭ ਲੋਕਾਂ ਨੇ ਰਲ ਮਿਲ ਕੇ ਸੇਵਾ ਕੀਤੀ। ਲੋਕਾਂ ਨੇ ਲੰਗਰਾਂ ਤੇ ਰਾਸ਼ਨਾਂ ਦੇ ਢੇਰ ਲਗਾ ਦਿੱਤੇ ਕਿ ਲੋਕ ਖੁਦ ਕਹਿਣ ਲੱਗ ਪਏ ਕਿ ਸਾਡੇ ਕੋਲ ਸਭ ਕੁਝ ਬਹੁਤ ਜ਼ਿਆਦਾ ਪਿਆ, ਹੁਣ ਰਹਿਣ ਦਿਓ। ਜਦੋਂ ਮੁਸੀਬਤ ਪੈਂਦੀ ਹੈ ਤਾਂ ਸਾਰੇ ਇਕਜੁੱਟ ਹੋ ਕੇ ਇਸ ਮੁਸੀਬਤ ਨਾਲ ਨਜਿੱਠਦੇ ਨੇ। ਸੰਤ ਸਿੰਚੇਵਾਲ, ਖਾਲਸਾ ਐਡ, ਸਿੱਖ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਤੇ ਹੋਰ ਕਈ ਸੰਸਥਾਵਾਂ ਲੋਕਾਂ ਵੱਲੋਂ ਜੀ ਤੋੜ ਸੇਵਾ ਕੀਤੀ ਜਾ ਰਹੀ ਹੈ, ਤਾਂ ਕਿ ਹੜ੍ਹ ਪੀੜਤ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਸੇਵਾ ਕਰਨ ਸਮੇਂ ਪੰਜਾਬੀ ਨਾ ਜਾਤ ਦੇਖਣ ਨਾ ਧਰਮ, ਬਸ ਆਪਣੇ ਗੁਰੂਆਂ ਦੇ ਸਿਖਾਏ ਰਾਹ ਤੇ ਚੱਲ ਕੇ ਸਭ ਨੂੰ ਇੱਕ ਸਮਝ ਕੇ ਆਪਣੀ ਸੇਵਾ ਕਰਨ ਵਿੱਚ ਜੁੱਟ ਜਾਂਦੇ ਨੇ। ਹੜ੍ਹ ਪੀੜਤ ਲੋਕਾਂ ਲਈ ਹਰ ਇੱਕ ਇਨਸਾਨ ਆਪਣੀ ਸੇਵਾ ਨਿਭਾ ਰਿਹਾ। ਦੇਖਿਆ ਜਾਵੇ ਤਾਂ ਅੱਜ ਦੀ ਕਲਯੁਗੀ ਦੁਨੀਆ ਵਿੱਚ ਅਜਿਹੇ ਲੋਕ ਵੀ ਦੇਖਣ ਨੂੰ ਮਿਲਦੇ ਨੇ ਜੋ ਆਪਣਿਆਂ ਦਾ ਵੀ ਕਰਨ ਨੂੰ ਤਿਆਰ ਨਹੀਂ ਹੁੰਦੇ, ਤੇ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਕੋਲ ਕੁਝ ਵੀ ਨਾ ਹੋਣ ਦੀ ਬਜਾਏ ਉਹਨਾਂ ਕੋਲ ਜੋ ਸੇਵਾ ਬਣਦੀ ਹੈ ਉਹ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ। ਇਸ ਦੀ ਤਾਜ਼ਾ ਮਿਸਾਲ ਹੜ੍ਹ ਪੀੜਤਾਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਸੋ ਜਦੋਂ ਵੀ ਕਿਸੇ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਸਭ ਨੂੰ ਉਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।